ਤੇ ਫਿਰ ਇੱਕ ਕਿਤਾਬ ਹੈ ਸਿੱਖਾਂ ਦੀ ਭਗਤ ਮਾਲ, ਕਿਹਾ ਜਾਂਦਾ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਲਿਖੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਪਹਿਲਾਂ ਐਡਿਟ ਕੀਤੀ ਸੀ, ਹੁਣ ਤਾਂ ਯੂਨੀਵਰਸਿਟੀ ਨੇ ਵੀ ਕਾਫੀ ਭਾਈ ਸਿੱਖਾਂ ਦੀ ਭਗਤ ਮਾਲ, ਉਹ ਇੱਕ ਇੱਕ ਸਿੱਖ ਦਾ ਨਾਮ ਫਿਰ ਉਹਦਾ ਪੂਰਾ ਵੇਰਵਾ ਦਿੱਤਾ ਕੌਣ ਸੀ ਇਹ ਤੁਕ ਕਿਉਂ ਭਾਈ ਸਾਹਿਬ ਨੇ ਲਿਖੀ। ਹੁਣ ਜਦੋਂ ਇਹ ਆਇਆ ਜੋਧ ਰਸੋਈ ਰਸੋਈਆ ਦੇਵਤਾ ਸ਼ਬਦ ਆਇਆ, ਭਾਈ ਜੋਧ ਰਸੋਈਏ ਦੇ ਲਫਜ਼ੀ ਅਰਥ ਲਾਂਗਰੀ ਰਸੋਈ 'ਚ ਕੰਮ ਕਰਨ ਵਾਲਾ, ਦੇਵਤਾ ਦੇਵਤੇ ਦਾ ਲਫਜ਼ੀ ਅਰਥ ਯਾਦ ਰੱਖਿਓ, ਅਸੀਂ ਬ੍ਰਹਮਾ ਵਿਸ਼ਨ ਮਹੇਸ਼ ਕਰਨੇ ਆ। ਉਂਝ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ 'ਚ ਦੇਵਤੇ ਦਾ ਅਰਥ ਕੀਤਾ ਜਿਹੜਾ ਚੰਗੇ ਕੰਮ ਕਰਦਾ, ਸਾਧ ਕਰਮ ਜੋ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ। ਜਿਹੜਾ ਚੰਗੇ ਕੰਮ ਕਰਦਾ ਪੁਰਖ ਉਹਨੂੰ ਦੇਵਤਾ ਕਿਹਾ ਜਾਂਦਾ। ਦੇਵ ਦਾ ਲਫਜ਼ੀ ਅਰਥ ਪ੍ਰਕਾਸ਼ ਵੀ ਹੁੰਦਾ ਹੈ ਜੀ, ਦੇਵ ਦਾ ਲਫਜ਼ੀ ਅਰਥ, ਜਿਵੇਂ ਮਹਾਰਾਜ ਨੇ ਗੁਰੂ ਲਈ ਵੀ ਸ਼ਬਦ ਵਰਤਿਆ ਗੁਰ ਜੈਸਾ ਨਾਹੀ ਕੋ ਦੇਵ, ਪਰ ਦੂਜੇ ਪਾਸੇ ਇਹ ਵੀ ਕਿਹਾ ਜਿਨ ਮਾਨਸ ਤੇ ਦੇਵ ਤੇ ਕੀ ਹੈ, ਰੂਹਾਨੀਅਤ ਨਾਲ ਭਰ ਦਿੱਤੇ। ਇਹ ਸੀ ਜ਼ਾਤ ਦਾ ਬ੍ਰਾਹਮਣ ਸੀ ਜੀ, ਅਤੇ ਅੰਦਰ ਇਹਦੇ ਇੱਕ ਸਿੱਖ ਸੀ ਸੱਚ ਨੂੰ ਪਾਉਣ ਦੀ, ਅਭਿਲਾਸ਼ਾ ਸੀ, ਤਾਲਬ ਸੀ ਇਹ ਵੀ ਅੰਦਰ ਦਾ ਰਸ ਪ੍ਰਭੂ ਨਾਲ ਮਿਲਣਾ। ਬੀਜ ਨਾਸ ਕਦੀ ਨਹੀਂ ਹੁੰਦਾ, ਨਾ ਸੀ ਨਾ ਹੈ ਅਤੇ ਨਾ ਕਦੀ ਹੋਏਗਾ। ਉਹ ਘੁੰਮਦਾ ਕਮਾਉਂਦਾ ਫਿਰਦਾ ਫਰਾਂਦਾ ਖਡੂਰ ਸਾਹਿਬ ਆ ਗਿਆ, ਗੁਰੂ ਸਾਹਿਬ ਦੇ ਦਰਬਾਰ 'ਚ ਉਹਨਾਂ ਕੀਰਤਨ ਸੁਣਿਆ। ਮੈਂ ਬੇਨਤੀ ਕਰਨ ਲੱਗਾ ਨਿਮਰਤਾ ਅਤੇ ਕੀਣਤਾ ਇਹਦਾ ਵੀ ਜ਼ਰੂਰ ਆਪਾਂ ਸਮਝ ਲਈਏ। ਮਹਾਰਾਜ ਦੇ ਪਵਿੱਤਰ ਦਰਬਾਰ 'ਚ ਆ ਗਿਆ, ਸੰਗਤ 'ਚ ਉਹਨੇ ਕੀਰਤਨ ਕਥਾ ਬਾਣੀ ਸੁਣੀ, ਪੰਗਤ ਵਿੱਚ ਗਿਆ ਜਾ ਕੇ ਪ੍ਰਸ਼ਾਦਾ ਛਕਿਆ। ਪਹਿਲੇ ਦਿਨ ਹੀ ਅੰਦਰ ਨੂੰ ਮਹਿਸੂਸ ਹੋ ਗਿਆ ਵੀ ਇਸ ਦਰਬਾਰ ਵਿੱਚੋਂ ਮੇਰੇ ਅੰਦਰ ਦੇ ਦੁੱਖ ਦੂਰ ਹੋਣਗੇ। ਗੁਰੂ ਅੰਗਦ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਂਝ ਇਤਿਹਾਸ ਵੀ ਹੈ ਜੀ ਕਿ ਗੁਰਦੇਵ ਜਦੋਂ ਆਪਣਾ ਸੁਭਾਅ ਦਰਵਾਜ਼ਾ ਖੋਲ੍ਹਦੇ ਆ ਅਤੇ ਆਤੁਰ ਬੰਦੇ ਦੁਖੀ ਬੰਦੇ ਉਹਨਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ ਅਤੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਝਰਦਾ ਸੀ, ਗੁਰੂ ਅੰਗਦ ਸਾਹਿਬ ਦੇ ਦੇਖਣ ਨਾਲ ਵੀ ਜਨਮ ਮਰਨ ਕੱਟਿਆ ਜਾਂਦਾ ਸੀ। ਦੇਖੋ ਸਾਖੀ ਨਿਕਲੀ, ਹੋਵੇ ਸਿਫਤ ਖਸਮ ਦੀ, ਇਹ ਸਤੁਕਾਂ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਦੀ ਸਿਫਤ ਵਿੱਚ ਨੇ ਕਿ ਗੁਰੂ ਅੰਗਦ ਦੇਵ ਜੀ ਅੰਮ੍ਰਿਤ ਦ੍ਰਿਸ਼ਟ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੂੰ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਅੰਗਦ ਸਾਹਿਬ ਲਈ ਆਹ ਵੀ ਤੁਕ ਜਿਹੜਾ ਸਵਈਆ, ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਅਮੈ ਦ੍ਰਿਸ਼ਟ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਜਿਹੜੀ ਹੈ ਬੰਦੇ ਦੇ ਸਾਰੇ ਕੀਤੇ ਹੋਏ ਪਾਪਾਂ ਨੂੰ ਖਤਮ ਕਰ ਦਿੰਦੀ ਹੈ। ਗੁਰੂ ਅੰਗਦ ਸਾਹਿਬ 'ਤੇ ਇਹ ਰੱਬੀ ਨੂਰ ਸੀ। ਅਮੈ ਦ੍ਰਿਸ਼ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਇਹ ਜਿਹੜੀਆਂ ਤਾਕਤਾਂ ਨਹੀਂ ਕਾਬੂ ਆਉਂਦੀਆਂ ਗੁਰੂ ਅੰਗਦ ਦੇਵ ਜਦੋਂ ਅੰਮ੍ਰਿਤ ਦ੍ਰਿਸ਼ਟੀ ਕਰਦੇ ਆ ਬੰਦੇ ਦੇ ਅੰਦਰ ਦੀ ਵਾਸ਼ਨਾ ਕਾਬੂ 'ਚ ਆ ਜਾਂਦੀ ਹੈ। ਵਸ ਕਰੈ ਸਭੈ ਬਲ, ਸਦਾ ਸੁੱਖ ਮਨ ਵਸੈ, ਦੁੱਖ ਸੰਸਾਰ ਹੈ ਖੋਵੈ, ਗੁਰ ਨਵਨੀ ਦਰਿਆਓ ਜਨਮ ਹਮ ਕਾਲਕ ਧੋਵੈ। ਅਗਲਾ ਜਿਹੜਾ ਤੋਕ ਹੈ ਨਾ ਜੀ, ਮੈਨੂੰ ਕਿਸੇ ਨੇ ਕਿਹਾ ਸੀ, ਮੈਂ ਤੁਹਾਨੂੰ ਸੁਣਾਉਣ ਲੱਗਾ, ਮੈਂ ਵੀ ਪਾਠ ਕਰਦਾ ਸਾਂ, ਸੋ ਕਹੋ ਟਲ ਗੁਰ ਸੇਵੀਐ, ਬੜੇ ਪਿਆਰੇ ਸ਼ਬਦ ਕਿਸੇ ਗੁਰਮੁਖ ਕਹਿ, ਭਾਈ ਸਾਹਿਬ ਇੱਥੇ ਸੱਸੇ ਨੂੰ ਔਂਕੜ ਲੱਗੀ, ਖੋੜਾ ਨਹੀਂ ਲੱਗਾ, ਖੋੜਾ ਨਾ ਬੁਲਾਓ, ਸੋ ਨਹੀਂ ਹੈਗਾ, ਸੱਸੇ ਨੂੰ ਔਂਕੜ ਲੱਗੀ, ਸੋ ਅਤੇ ਸੋ ਬੜਾ ਫਰਕ ਹੈ ਨਾ ਜੀ। ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਉਹਨੇ ਮਹਾਰਾਜ ਦੇ ਦਰਸ਼ਨ ਕੀਤੇ, ਅੰਦਰ ਟਿਕ ਗਿਆ, ਪਰ ਅੰਦਰੋਂ ਇੱਕ ਕੀੜਾ ਨਿਕਲੇ ਘੜੀ ਪਿੱਛੋਂ ਹੰਕਾਰ ਦਾ, ਮੈਂ ਬ੍ਰਾਹਮਣ ਇਹ ਤਾਂ ਪੰਗੇ ਸਾਰੇ ਬੈਠੇ, ਅੰਦਰ ਨਾਲ ਹੀ ਯੁੱਧ ਕਰਦਾ ਰਿਹਾ ਵੀ ਤੂੰ ਇੱਥੇ ਰਵੇਂਗਾ, ਇੱਕੋ ਥਾਂ ਰੋਟੀ ਖਾਂਦੇ ਹਾਂ, ਇੱਕੋ ਥਾਂ ਹੁੰਦਾ, ਇਹ ਕੀ ਚੱਲ ਰਿਹਾ ਚੱਕਰ ਸਾਰਾ। ਬਸ ਲੜੀ ਗਿਆ ਮਨ ਨਾਲ, ਸਵੇਰੇ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ, ਕੀਰਤਨ ਸੁਣਿਆ, ਗੁਰੂ ਅੰਗਦ ਦੇਵ ਦੇ ਦਰਸ਼ਨ ਕੀਤੇ, ਮਹਾਰਾਜ ਨੇ ਨਜ਼ਰ ਭਰ ਕੇ ਦੇਖਿਆ, ਬਸ ਰਾਤ ਵਾਲੀ ਸਾਰੀ ਦੁਬਦਾ ਪੱਟ ਦਿੱਤੀ। ਮਨ ਨੇ ਕਿਹਾ ਨਹੀਂ, ਸੰਗਤ ਦੀਆਂ ਜੂਠੀਆਂ ਪਤਲਾਂ ਦੀ ਸੇਵਾ ਮੈਂ ਕਰਿਆ ਕਰਾਂਗਾ, ਇਹ ਖੌਮੇ ਮਰੇਗੀ, ਇਹ ਖੌਮੇ ਨਾ, ਮੈਂ ਬ੍ਰਾਹਮਣ ਹਾਂ, ਇਸ ਮੈਂ ਦੈਂਤ ਨੂੰ ਜਾਤ ਪਾਤ ਦੇ ਦੈਂਤ ਨੂੰ ਜੜ੍ਹ ਤੋਂ
ਅੰਦਰੋਂ ਕੱਢ ਦਿਆਂਗਾ। ਇਹ ਮਾਤਾ ਖੀਵੀ ਜੀ ਕੋਲ ਚਲੇ ਗਏ। ਇਤਿਹਾਸ ਸਾਡੇ ਨੇ ਇਹਦਾ ਜ਼ਿਕਰ ਕੀਤਾ ਮਾਤਾ ਜੀ ਨਾਲ ਸੇਵਾ ਕਰਨ ਦਾ। ਅਤੇ ਮਾਂ ਜੀ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮਾਤਾ ਖੀਵੀ ਜੀ ਇੰਨਾ ਮਿੱਠਾ ਬੋਲਦੇ ਸਨ, ਕਹਿੰਦੇ ਸੱਚੀ ਲਓ ਇੰਨੇ ਠੰਡੇ ਸਨ। ਹਾਲਾਂ ਪੁੱਤਰ ਤੇ ਉਹਨਾਂ ਦੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਨੇ ਬੀਬੀ ਅਮਰੋ ਦਾ ਅਸੀਂ ਜ਼ਿਕਰ ਕਰਨੇ ਖਾਂ ਵੇਖੋ, ਪਰ ਕਹਿੰਦੇ ਇੰਨੇ ਮਿੱਠੇ ਸਨ ਮਾਤਾ ਜੀ ਕਿ ਕੋਈ ਬੰਦਾ ਜਿਹਦਾ ਮਾਂ ਬਾਪ ਯਤੀਮ ਬੰਦਾ ਵੀ ਜਦੋਂ ਮਾਤਾ ਖੀਵੀ ਦੇ ਕੋਲ ਇੱਕ ਵਾਰੀ ਬਹਿ ਜਾਂਦਾ ਸੀ ਨਾ, ਉਹਨਾਂ ਦਾ ਔਰਾ ਇੰਨੇ ਕਮਾਲ ਦਾ ਸੀ, ਹਰ ਬੰਦੇ ਨੂੰ ਮਹਿਸੂਸ ਹੁੰਦਾ ਸੀ ਮੇਰੀ ਮਾਂ ਮੇਰੇ ਸਿਰ 'ਤੇ ਖਲੋਤੀ ਹੈ। ਭਾਈ ਸਾਹਿਬ ਜਿਹਨੇ ਵੀ ਜ਼ਿਕਰ ਕੀ, ਉਹ ਜੋ ਗੁਰੂ ਕੇ ਰਬਾਬੀਆਂ ਨੇ ਕਿਹਾ ਮਾਤਾ ਖੀਵੀ ਕੋਲ ਇੰਨੀ ਠੰਡ ਮਿਲਦੀ ਹੈ ਜਿਵੇਂ ਜੇਠ ਹਾੜ੍ਹ ਦੇ ਤਪਦੇ ਮਹੀਨੇ ਵਿੱਚ ਸੰਘਣੇ ਪੱਤਰਾਂ ਵਾਲੇ ਰੁੱਖ ਦੀ ਛਾਂ ਵਿੱਚੋਂ ਠੰਡ ਮਿਲਦੀ ਹੈ। ਬਲਵੰਡ ਖੀਵੀ ਨੇਕ ਜਨ, ਚੰਗੀ ਇਸਤਰੀ ਹੈ ਮਾਤਾ ਖੀਵੀ, ਜਿਸ ਬਹੁਤੀ ਛਾਂ ਪਤਰਾਲੀ, ਪਤਰਾਲੀ ਦਰਦ ਪੱਤਰ ਜੀ, ਹਾਂਜੀ ਇਹ ਸੰਘਣੇ ਪੱਤਰ ਜਿੱਥੇ ਜਿਹਦੀ ਕੋਈ ਵਿਰਲੀ ਨਹੀਂ, ਸੂਰਜ ਦੀ ਕਿਰਨ ਨਹੀਂ ਆਉਂਦੀ, ਜਿਸ ਬਹੁਤੀ ਛਾਂ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਖੀਵੀ ਜੀ ਲੰਗਰ ਵੰਡਦੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਤਾਂ ਕਹਿੰਦੇ ਸਨ ਲੋੜਵੰਦਾਂ ਦੀ ਜੇਬ ਵੇਖ ਕੇ ਸੁੱਤਿਆਂ ਜੇਬ 'ਚ ਪੈਸੇ ਪਾ ਦਿੰਦੇ ਸਨ, ਮਾਤਾ ਜੀ ਵੀ ਇਸ ਨੂੰ ਲੋੜ ਹੈ। ਅਤੇ ਜਿਹੜੀ ਖੀਰ ਬਣਦੀ ਸੀ ਉਹ ਘਿਓ ਬਣਾ ਕੇ ਖੀਰ ਬਣਾਉਂਦੇ ਸਨ। ਆਪ ਸਭ ਨੂੰ ਪਤਾ ਹੋਵੇ ਖਡੂਰ ਜਿਹੜੇ ਉਸ ਇਲਾਕੇ ਦੇ ਸੱਜਣ, ਉੱਥੇ ਹਰ ਰੋਜ਼ ਖੀਰ ਬਣਦੀ। ਕਈ ਪਿੰਡ ਬਾਬਾ ਸੇਵਾ ਸਿੰਘ ਜੀ ਹੋਣੀ, ਤੁਹਾਨੂੰ ਪਤਾ ਸੇਵਾ ਖਾਂਦੇ ਆ ਅਤੇ ਪਿੰਡਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖੀਰ ਤੋਂ ਕੋਈ ਦਿਨ ਖਾਲੀ ਨਹੀਂ ਜਾਂਦਾ ਉਦਨ ਉੱਥੇ। ਉਹਨੇ ਜੀ ਮੈਂ ਗੱਲ ਮੁਕਾਵਾਂ, ਸੇਵਾ ਲੈ ਲਈ, ਮਾਤਾ ਜੀ ਦੇ ਕੋਲ ਆ ਗਿਆ, ਕਹਿਣ ਲੱਗਾ ਮਾਂ ਮੈਨੂੰ ਸੇਵਾ ਦੇ। ਬਸ ਜੀ ਬਾਹਮਣਾ ਵਾਲਾ ਜਿਹੜਾ ਸੀ ਕੱਪੜੇ ਕੁਪੜੇ ਪਰਾਂ ਛੱਡੇ ਕਰਕੇ ਕਮਰ ਕੱਸਾ ਲੰਗਰ 'ਚ ਖਲੋ ਗਿਆ। ਲੰਗਰ ਹੱਥੀ ਪਕਾਉਣਾ, ਦਾਲ ਸਬਜ਼ੀ ਭਾਜੀ ਸਭ ਕੁਝ ਬਣਾਉਣਾ, ਲੱਕੜਾਂ ਲਿਆਉਣੀਆਂ, ਪਰ ਇਹ ਕੀ ਕਰੇ ਕੁਝ ਦਿਨ ਬਾਅਦ ਇਹਨੇ ਰੋਟੀ ਖਾਣੀ ਛੱਡ ਦਿੱਤੀ, ਲੰਗਰ ਨਾ ਖਾਏ। ਸ਼ੱਕੇ ਭਾਈ ਜੋਤ, ਇਹਨੇ ਹੋਇਆ ਕੀ ਜੀ, ਜਦੋਂ ਲੰਗਰ ਵਰਤਾਏ, ਜਦੋਂ ਲੰਗਰ ਪਕਾਏ, ਅੰਦਰੋਂ ਫਿਰ ਉਹ ਦੈਂਤ ਬੋਲ ਪਵੇ ਮੈਂ ਬ੍ਰਾਹਮਣ। ਉਹਨੇ ਕਿਹਾ ਹੁਣ ਤੈਨੂੰ ਕਾਬੂ ਕਿਵੇਂ ਕਰਾਂ, ਮੈਂ ਤਾਂ ਫਿਜ਼ੀਕਲ ਤੌਰ 'ਤੇ ਕੰਮ ਵੀ ਕਰ ਰਿਹਾ। ਫਿਰ ਉਹਨੇ ਕੀ ਕੀਤਾ ਜੀ, ਸੰਗਤ ਦੀਆਂ ਪੱਤਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ, ਉਹਨੂੰ ਸਾਫ਼ ਥਾਂ 'ਤੇ ਰੱਖਣਾ, ਜਦੋਂ ਸੰਗਤ ਨੇ ਚਲੇ ਜਾਣਾ ਉਹਨਾਂ ਪੱਤਲਾਂ ਵਿੱਚੋਂ ਚਿੜੀ ਚੋਗਾ ਖਾਣਾ ਸ਼ੁਰੂ ਕਰ ਦਿੱਤਾ। ਜਿਹੜਾ ਬਚਿਆ ਹੁਣ ਨਾ ਦਾਲ ਸਬਜ਼ੀ ਭਾਜੀ ਉਹਨੂੰ ਇਕੱਠਾ ਕਰਕੇ ਇੱਕ ਪੱਤਲ 'ਚ ਪਾ ਲੈਣਾ, ਫਿਰ ਉਹਨੂੰ ਮੂੰਹ 'ਚ ਪਾ ਕੇ ਜਾਂ ਖਾ ਲੈਣਾ। ਮਾਤਾ ਜੀ ਨੇ ਦੇਖਿਆ ਵੀ ਇਹ ਜੋਧ ਪ੍ਰਸ਼ਾਦਾ ਨਹੀਂ ਛੱਕ ਰਿਹਾ। ਇੱਕ ਦਿਨ ਕੀ ਦੇਖਿਓ ਨੇ, ਭਾਈ ਜੋਧ ਪਰਦਾ ਕਰਕੇ ਸਾਰੀਆਂ ਜਿਹੜੀਆਂ ਜੂਠੀਆਂ ਪੱਤਲਾਂ ਸਨ ਉਹਨਾਂ ਵਿੱਚੋਂ ਚੁਣ ਚੁਣ ਕੇ ਖਾਏ ਪਿਆ। ਮਾਤਾ ਜੀ ਨੇ ਰੋਕਿਆ, ਕਹਿਣ ਲੱਗੇ ਨਾ ਜੋਧ, ਗੁਰੂ ਘਰ 'ਚ ਲੰਗਰ ਤੈਨੂੰ ਮਿਲਦਾ ਨਹੀਂ? ਕਹਿੰਦਾ ਨਹੀਂ ਮਾਂ, ਲੰਗਰ ਦੀ ਤਾਂ ਕੋਈ ਕਮੀ ਨਹੀਂ, ਅੰਦਰ ਇੱਕ ਦੈਂਤ ਹੈ ਜਿਹੜਾ ਮੈਨੂੰ ਪੰਗਤ 'ਚ ਨਹੀਂ ਬੈਠਣ ਦਿੰਦਾ, ਉਹਨੂੰ ਸਜ਼ਾ ਦੇਣਾ ਪਿਆ ਵਾ। ਕਹਿੰਦਾ ਜੂਠਿਆ, ਤੈਨੂੰ ਜੂਠ ਹੀ ਦਿਆਂਗਾ, ਮੇਰੇ ਅੰਦਰੋਂ ਖੌਮੇ ਦਾ ਆ ਬ੍ਰਾਹਮਣ ਹੋਣ ਦਾ ਉੱਚੀ ਜ਼ਾਤ ਦਾ ਦੈਂਤ ਮੈਨੂੰ ਟਿਕਣ ਨਹੀਂ ਦਿੰਦਾ। ਮਾਤਾ ਜੀ ਨੇ ਗੱਲ ਬਾਬਾ ਬੁੱਢਾ ਸਾਹਿਬ ਨਾਲ ਕੀਤੀ। ਬਾਬਾ ਜੀ ਆਏ, ਉਹਨਾਂ ਕਿਹਾ ਵੀ ਦੇਖੋ ਭਾਈ ਜੋਧ, ਇਹ ਨਹੀਂ ਗੁਰੂ ਘਰ 'ਚ ਸਵੀਕਾਰ ਇਸ ਤਰ੍ਹਾਂ। ਅੱਖਾਂ ਭਰ ਰਹੀਆਂ, ਕਹਿੰਦੇ ਮੈਨੂੰ ਮੇਰੇ ਅੰਦਰ ਦਾ ਪਤਾ। ਫਿਰ ਗੱਲ ਪਹੁੰਚਦੀ ਗੁਰੂ ਅੰਗਦ ਸਾਹਿਬ ਜੀ ਕੋਲ ਚਲੀ ਗਈ। ਮਾਤਾ ਜੀ ਨੇ ਘਰ ਗੱਲ ਕੀਤੀ, ਸਤਿਗੁਰੂ ਜੋਧ ਦਿਨ ਰਾਤ ਹੱਡ ਭੰਨਵੀਂ ਸੇਵਾ ਕਰਦਾ, ਸਿਮਰਨ ਕਰਦਾ, ਕਿਸੇ ਨਾਲ ਨਹੀਂ ਬੋਲਦਾ, ਪਰ ਪੱਤਲਾਂ ਵਿੱਚੋਂ ਸੀਤ ਛੱਕਦਾ ਹੈ, ਝੂਠ। ਗੁਰੂ ਅੰਗਦ ਸਾਹਿਬ ਜੀ ਆਏ ਜੀ, ਇਹ ਪੰਗਤ 'ਚ ਪ੍ਰਸ਼ਾਦਾ ਵਰਤਾ ਰਿਹਾ ਸੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਆਉਂਦੇ ਆ, ਭਾਈ ਜੋਧ ਜਦੋਂ ਸਾਹਮਣੇ ਆਉਂਦੇ ਨੇ ਉਹਨਾਂ ਦੀ ਬਾਂਹ ਪਕੜਦੇ, ਕਹਿਣ ਲੱਗੇ ਜੋਧ ਜੀ ਹਜ਼ੂਰ ਬੈਠ ਮੇਰੇ ਕੋਲ। ਬੈਠ ਗਏ, ਕਹਿੰਦੇ ਲੰਗਰ ਕਿੱਥੋਂ ਛੱਕਦੇ ਹੋ, ਪ੍ਰਸ਼ਾਦਾ ਕਿੱਥੋਂ ਛੱਕਦੇ ਹੋ ਤੁਸੀਂ? ਇਤਿਹਾਸ ਕਹਿੰਦਾ ਮਹਾਰਾਜ ਜਦੋਂ ਇਹ ਸਵਾਲ ਕੀਤਾ ਗੁਰੂ ਅੰਗਦ ਸਾਹਿਬ ਦੇ ਨੇਤਰ ਸੇਜਲ ਹੋ ਗਏ, ਕਿੱਥੋਂ ਛੱਕਦੇ ਹੋ? ਕਹਿੰਦੇ ਦਾਤਾ ਆਪ ਜਾਣਕਾਰ ਹੋ, ਬੜਾ ਯਤਨ ਕਰਨਾ ਪਿਆ
ਅੰਦਰੋਂ ਖੌਮੇ ਨਹੀਂ ਜਾਂਦੀ ਪਈ। ਮੈਂ ਫਿਜ਼ੀਕਲ ਤੌਰ 'ਤੇ ਸੇਵਾ ਕਰ ਰਿਹਾ, ਭਾਂਡੇ ਚੁੱਕ ਰਿਹਾ, ਪਰ ਅੰਦਰੋਂ ਫਿਰ ਕਿਤੇ ਨਾ ਕਿਤੇ ਫੁਰਨਾ ਉੱਠ ਪੈਂਦਾ, ਤੂੰ ਬ੍ਰਾਹਮਣ। ਬਸ ਮੈਂ ਉਸ ਚੀਜ਼ ਨੂੰ ਕੱਢਣਾ ਚਾਹੁੰਦਾ। ਇਤਿਹਾਸ ਕਹਿੰਦਾ ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰਿਆ ਸੀਸ ਉੱਤੇ ਹੱਥ ਰੱਖਿਆ, ਨਾਲ ਕਹਿਣ ਲੱਗੇ ਭਾਈ ਇਹ ਨਿਮਰਤਾ ਨਹੀਂ, ਇਹ ਹੀਣਤਾ ਬਣਦੀ ਜਾਂਦੀ ਹੈ, ਇਹ ਹੀਣਤਾ ਬਣ ਚੱਲੀ ਹੈ। ਤੂੰ ਸੇਵਾ ਕਰਨਾ ਹੈ, ਤੂੰ ਲੰਗਰ ਵਿੱਚ ਬੈਠਾ ਹੈ, ਹੀਣਤਾ ਵੀ ਜਾਏਗਾ ਅਤੇ ਅੰਦਰ ਬਿਲਕੁਲ ਇੱਕ ਮੈਲੇ ਭੈ ਵੀ ਚਲਾ ਜਾਏਗਾ, ਡਰੀ ਜਾਏਗਾ, ਡਰੀ ਜਾਏਗਾ, ਤੇਰੇ ਸੁਰਤ ਐਸਤਾ ਐਸਤਾ ਢਹਿੰਦੀ ਕਲਾ ਵੱਲ ਜਾਏਗੀ। ਨਹੀਂ, ਤੇਰੇ ਅੰਦਰ ਬਖਸ਼ਿਸ਼ ਹੈ ਰੱਬ ਦੀ। ਗੁਰੂ ਅੰਗਦ ਸਾਹਿਬ ਜੀ ਨੇ ਮੇਰ ਭਰੀ ਦ੍ਰਿਸ਼ਟੀ ਕੀਤੀ, ਕਹਿੰਦੇ ਨੇ ਅੰਦਰ ਉਸੇ ਵਕਤ ਨਾਮ ਦੀ ਰੋਂ ਚੱਲਣ ਲੱਗ ਪਈ। ਬਸ ਉਹ ਹਉਮੈ ਦਾ ਪਰਦਾ ਦੂਰ ਕਰ ਦਿੱਤਾ, ਅੰਦਰ ਨਿਰੰਤਰ ਨਾਮ ਚੱਲੇ। ਜਦੋਂ ਸਤਿਗੁਰੂ ਜੀ ਦੇ ਕੋਲ ਬੈਠ ਗਿਆ ਮਹਾਰਾਜ ਜੀ ਨੇ ਜੀ, ਫਿਰ ਪ੍ਰਸ਼ਾਦ ਮੰਗਾਇਆ, ਲੰਗਰ ਆਇਆ। ਕਹਿਣ ਲੱਗੇ ਤੂੰ ਵਰਤਾਣਾ ਛੱਡ, ਕੋਲ ਬਿਠਾ ਕੇ ਆਪਣੇ ਹੱਥਾਂ ਨਾਲ ਕੋਰ ਤੋੜ ਕੇ ਕਹਿਣ ਲੱਗੇ ਕਰ ਮੂੰਹ। ਭਾਈ ਜੋਧ ਦੇ ਨੇਤਰ ਭਿੱਜ ਗਏ ਮਹਾਰਾਜ ਜੀ ਦੇ ਵੱਲ ਦੇਖ ਕੇ। ਬਸ ਉਹ ਕੋਰ ਇਹ ਬੁਰਕੀ ਕੀ ਪਾਈ, ਅੰਦਰ ਦੀ ਬਖਸ਼ਿਸ਼ ਵਰਤ ਗਈ। ਭਾਈ ਜੋਧ ਲੰਗਰ 'ਚ ਬਹਿ ਕੇ ਹੁਣ ਪ੍ਰਸ਼ਾਦ ਛਕਦੇ ਆ, ਨਿਮਰਤਾ ਵਿੱਚ ਰਹਿੰਦੇ ਆ। ਜੇ ਕਿਸੇ ਨੇ ਹੱਸ ਕੇ ਪੁੱਛ ਲਿਆ ਵੀ ਹੁਣ ਤੂੰ ਚਿੜੀ ਚੋਗਾ ਨਹੀਂ ਖਾਂਦਾ, ਇਹਦਾ ਮਤਲਬ ਬੱਚੇ ਦਾਣੇ ਨਹੀਂ ਹੁਣ ਖਾਂਦਾ, ਕਹਿਣ ਲੱਗਾ ਨਹੀਂ ਉਦੋਂ ਜੂਠਾ ਸੀ ਅੰਦਰ ਅਤੇ ਝੂਠ ਪਹੁੰਚਾਉਂਦਾ ਸਾਂ, ਹੁਣ ਸੱਚ ਜੀ ਦਾ ਸੁੱਚਾ ਆ ਗਿਆ ਅਤੇ ਉਹਨੂੰ ਭੋਜਨ ਵੀ ਸੁੱਚਾ ਛਕਾਉਂਦਾ ਵਾ। ਮੇਰੇ ਕਹਿਣ ਤੋਂ ਮੁਰਾਦ ਹੀਣਤਾ ਵਿੱਚ ਅਤੇ ਨਿਮਰਤਾ 'ਚ ਫਰਕ ਹੈ। ਇੱਥੇ ਜਿਹੜਾ ਸ਼ਬਦ ਗੁਰਦੇਵ ਨੇ ਗਰੀਬੀ ਵਰਤਿਆ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕਹਿੰਦੀ ਹੇ ਸੱਜਣ ਮੈਂ ਤੇਰੇ ਚਰਨਾਂ ਦੀ ਧੂਰ ਬਣ ਜਾ। ਯਾਦ ਰੱਖਿਓ, ਬਸ ਇਸ ਕਰਕੇ ਜੀ ਬੋਲ ਰਹੇ ਪਏ ਹਾਂ, ਜਿਹੜਾ ਬੰਦਾ ਧੂੜ ਬਣੇਗਾ, ਫਿਰ ਬੇਨਤੀ ਸੁਣਿਓ, ਉਹਦੇ ਜੀਵਨ 'ਚ ਰੂਹਾਨੀ ਤਬਦੀਲੀ ਆਏਗੀ। ਇਕੱਲਾ ਬਾਹਰ ਮੁਖੀ ਨਹੀਂ ਰਹੇਗਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੋਂ ਉੱਚਾ। ਮਹਾਰਾਜ ਕਹਿੰਦੇ ਉਹ ਸਭ ਤੋਂ ਉੱਚਾ, ਉਹਦੇ ਅੰਦਰੋਂ ਮੈਂ ਮੇਰੀ ਚਲੀ ਗਈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਹੇ ਪਰਮਾਤਮਾ ਪਹਿਲੀ ਮੇਰੇ 'ਤੇ ਕਿਰਪਾ ਕਰ, ਮੈਂ ਸਦੀਵ ਕਾਲ ਲਈ ਧੂੜ ਬਣ ਜਾਵਾਂ, ਚਰਨਾਂ ਦੀ ਧੂੜ। ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ, ਹਾਲਾਂਕਿ ਧੂੜ ਦਾ ਕਨਸੈਪਟ ਐਵੇਂ ਅੱਜ ਕੱਲ੍ਹ ਅਸੀਂ ਕਹੀ ਜਾਂਦੇ ਹਾਂ ਨਾ ਜੀ, ਇਹ ਬਾਹਰ ਮੁਖੀ ਨਿਮਰਤਾ ਦਾ ਸੂਚਕ ਹੈ। ਗੁਰਮੁਖੋ, ਡਾਕਟਰ ਰਤਨ ਸਿੰਘ ਜੱਗੀ ਦਾ ਇੱਕ ਕੋਸ਼ ਹੈ ਲਿਖਿਆ ਉਹਨਾਂ ਦੋ ਭਾਗਾਂ 'ਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼, ਉਸ ਵਿੱਚ ਤੁਸੀਂ ਧੂੜ ਵਾਲਾ ਇੰਦਰਾਜ਼ ਕਦੀ ਪੜ੍ਹਿਓ? ਚਲੋ ਮੈਂ ਕਿਤਾਬ ਦਾ ਇਸ਼ਾਰਾ ਤਾਂ ਕਰ ਗਿਆ, ਮਨ 'ਚ ਹੁੰਦਾ ਜਾਣਕਾਰੀ ਲੈਣ ਲਈ, ਕਿਉਂਕਿ ਗੁਰਬਾਣੀ ਵਿੱਚ ਜਿਹੜਾ ਧੂੜ ਦਾ ਸ਼ਬਦ ਵਰਤਿਆ ਇਹ ਬਾਹਰ ਮੁਖੀ ਵੀ ਅਸਰ ਕਰਦਾ ਹੈ। ਇਹ ਨਹੀਂ ਇਕੱਲਾ ਵੀ ਨਿਮਰਤਾ ਦਾ ਕਹਿ ਦਿੱਤਾ, ਪਾਣੀ ਦਾ ਨਹੀਂ ਨਾ ਜ਼ਿਕਰ ਕੀਤਾ, ਸਭ ਤੋਂ ਜ਼ਿਆਦਾ ਨਿਮਰਤਾ ਵਿੱਚ ਗੁਰਦੇਵ ਨੇ ਮਿੱਟੀ ਦਾ ਧੂੜ ਦਾ ਜ਼ਿਕਰ ਕੀਤਾ। ਉਸ ਵਿੱਚ ਡਾਕਟਰ ਜੱਗੀ ਲਿਖਦੇ ਆ ਕਿ ਜਦੋਂ ਵੀ ਜਿੱਥੇ ਸੰਗਤ ਹੁੰਦੀ ਹੈ, ਜਿੱਥੇ ਪ੍ਰਭੂ ਦੇ ਨਾਮ ਦਾ ਚਿੰਤਨ ਹੈ, ਕੀਰਤਨ ਹੈ, ਪਿਆਰੇ ਪਰਮਾਤਮਾ ਦੇ ਬੈਠੇ ਆ, ਕਹਿੰਦੇ ਤੰਤਰ ਸ਼ਾਸਤਰ ਦਾ ਉਹਨਾਂ ਜ਼ਿਕਰ ਕੀਤਾ। ਉਹ ਕਹਿੰਦਾ ਵੀ ਜਦੋਂ ਰੂਹਾਨੀ ਇਨਸਾਨ ਨਗਨ ਪੈਰ ਮਿੱਟੀ ਉੱਤੇ ਤੁਰਦਾ, ਉਹਦੇ ਪੈਰਾਂ ਦੇ ਵਿੱਚੋਂ ਜਿਹੜੀ ਐਨਰਜੀ ਖਾਰਜ ਹੁੰਦੀ ਹੈ, ਉਹ ਮਿੱਟੀ ਉੱਤੇ ਅਸਰ ਕਰ ਜਾਂਦੀ ਹੈ, ਉਸ ਮਿੱਟੀ ਨੂੰ ਚੁੱਕ ਕੇ ਜਦੋਂ ਕੋਈ ਆਪਣੇ ਮੱਥੇ 'ਤੇ ਲਾਉਂਦਾ, ਉਸ ਮਿੱਟੀ ਵਿੱਚ ਵਰਤਦੀ ਹੋਈ ਐਨਰਜੀ ਬੰਦੇ ਦੇ ਲੇਖ ਬਦਲ ਕੇ ਰੱਖ ਜਾਂਦੀ ਹੈ। ਇਕੱਲੀ ਮਿੱਟੀ ਥੋੜ੍ਹਾ, ਫਿਰ ਇੱਕ ਸਵਾਲ ਉੱਠਦਾ, ਅਸੀਂ ਸਿਰਫ ਇਹ ਲੈਂਦੇ ਹਾਂ ਮਿੱਟੀ ਦਾ ਸੁਭਾਅ ਜੀ ਨਿਮਰਤਾ 'ਚ ਨੀਵੀਂ ਰਹਿੰਦੀ ਹੈ ਨਾ, ਤਾਂ ਇਹਨੂੰ ਕਿਹਾ? ਨਹੀਂ ਗੁਰਮੁਖੋ, ਮਿੱਟੀ ਤੋਂ ਬਿਨਾਂ ਤਾਂ ਅਸੀਂ ਰਹਿ ਹੀ ਨਹੀਂ ਸਕਦੇ। ਮਾਤਾ ਧਰਤ ਮਹੱਤ ਕਿਹਾ, ਅਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜੇ ਮਿੱਟੀ ਨਾ ਹੁੰਦੀ ਆਪਾਂ ਕਿੱਥੇ ਖਾਣਾ ਸੀ ਜੀ? ਮਿੱਟੀ ਨਰਜਿੰਦ ਨਹੀਂ, ਮਿੱਟੀ ਵਿੱਚੋਂ ਖੁਰਾਕ ਨਿਕਲਦੀ ਹੈ, ਮਿੱਟੀ ਵਿੱਚੋਂ ਫਲ ਨਿਕਲਦੇ ਨੇ, ਮਿੱਟੀ ਵਿੱਚੋਂ ਸਭ ਕੁਝ ਨਿਕਲਦਾ ਪਿਆ। ਮਹਾਰਾਜ ਕਹਿੰਦੇ ਆ ਕਿ ਮਿੱਟੀ ਵਿੱਚ, ਫਿਰ ਸੁਣੋ, ਜੇ ਆਪਾਂ ਕਹਾਂਗੇ ਇਹ ਕਿਵੇਂ ਹੋ ਸਕਦਾ, ਹੁਣ ਕਰੀਏ ਕੀ? ਸਮੱਸਿਆ ਇਹ ਵੇ ਕਿ ਬਾਹਰ ਮੁਖੀ ਜਿਹੜੀਆਂ ਉਦਾਹਰਨਾਂ ਨੇ ਉਹ ਆਮ ਵਾਪਰਦੀਆਂ ਨੇ, ਇਹ ਕਦੇ ਕਦੇ ਵਾਪਰਦੀ, ਕਿਤੇ ਕਿਤੇ ਵਾਪਰਦੀ ਹੈ। ਫਿਰ ਬੰਦਾ ਕਹਿੰਦਾ ਗਾਪੀ ਹੋਵੇਗੀ,
ਜੇ ਮਿੱਟੀ ਨਰਜਿੰਦਕ ਹੈ ਤਾਂ ਆ ਕਣਕ ਮਣਾਂ ਨੂੰ ਹੀ ਕਿੰਨੀ ਪੈਦਾ ਹੋਈ ਪਈ ਹੈ, ਮਿੱਟੀ 'ਚੋਂ ਹੈ ਨਾ, ਫਲ ਕਿੱਥੋਂ ਨਿਕਲਦੇ ਪਏ ਨੇ? ਆ ਜੋ ਕੁਝ ਨਿਕਲ ਰਿਹਾ, ਜੇ ਮਿੱਟੀ 'ਤੇ ਬਾਹਰ ਮੁਖੀ ਕੋਈ ਬੀਜ ਪਾਉਂਦਾ ਉਸ ਮਿੱਟੀ ਵਿੱਚੋਂ ਇੰਨਾ ਅਨਾਜ ਪੈਦਾ ਹੁੰਦਾ, ਅਤੇ ਜੇ ਮਿੱਟੀ ਉੱਤੇ ਕਿਤੇ ਭਜਨ ਬੰਦਗੀ ਰੂਹਾਨੀ ਵਾਲਾ ਆਪਣੇ ਚਰਨ ਪਾ ਜਾਏਗਾ, ਮਿੱਟੀ ਉਹਦਾ ਵੀ ਅਸਰ ਜ਼ਰੂਰ ਕਬੂਲੇਗੀ, ਉਹ ਕਬੂਲਦੀ ਹੈ। ਗੁਰਦੇਵ ਨੇ ਬਾਣੀ 'ਚ ਕਿਹਾ, ਸਾਜਨ ਤੇਰੇ ਚਰਨ ਕੀ, ਸੋਹਣੇ ਪਰਮਾਤਮਾ ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ, ਹੋਏ ਰਾਂ ਸਦ ਧੂਰ, ਇੱਕ ਦੋ ਦੋਨੀ ਮੈਂ ਸਦੀਵ ਕਾਲ ਲਈ। ਇਹਦਾ ਮਤਲਬ ਆਪਣੇ ਅੰਦਰ ਦੀ ਖੋਮੇ ਬਿਲਕੁਲ ਮਿਟ ਜਾਏ। ਅਤੇ ਯਾਦ ਰੱਖੋ, ਜਾਂ ਕਾ ਮਨ ਕੋਈ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ। ਮੈਂ ਤਾਂ ਕਿਹਾ ਵੀ ਮਿੱਟੀ ਦੇ ਅਰਥ ਕੇਵਲ ਬਾਹਰ ਨਹੀਂ, ਜਿਸ ਦਾ ਮਨ ਸਭ ਦੇ ਚਰਨਾਂ ਦੀ ਧੂੜ ਬਣ ਜਾਏ। ਗੁਰੂ ਸਾਹਿਬ ਕਹਿੰਦੇ ਉਹਦੀ ਸੁਰਤ ਇੰਨੀ ਉੱਚੀ ਹੁੰਦੀ ਹੈ, ਉਹ ਘੱਟ ਘੱਟ ਵਿੱਚ ਪਰਮਾਤਮਾ ਨੂੰ ਦੇਖ ਲੈਂਦਾ ਹੈ। ਅਤੇ ਗੁਰੂ ਨਾਨਕ ਸਾਹਿਬ ਦੀ ਤਾਂ ਨਿਮਰਤਾ ਹੀ ਇੰਨੀ ਹੈ ਜੀ, ਇੱਥੇ ਗਰੀਬੀ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਆਓ ਥੋੜ੍ਹੇ ਜਿਹੇ ਪ੍ਰਮਾਣ ਅਸੀਂ ਬਾਣੀ 'ਚੋਂ ਲੈ ਲਈਏ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ, ਦਾਨ ਮਹਿੰਦਾ ਤਲੀ ਖਾਕ। ਵਾਹਿਗੁਰੂ ਜੀ ਮੈਨੂੰ ਇਹ ਦਾਨ ਦਿਓ, ਮੇਰੇ ਲਈ ਦਾਤ ਇਹ ਵੇ, ਮੈਨੂੰ ਉਹਨਾਂ ਦੇ ਤਲੀਆਂ ਦੀ ਧੂੜ ਦੇ ਦਿਓ ਜਿਹੜੇ ਤੇਰੇ ਵਿੱਚ ਰੱਤੇ ਹੋਏ ਆ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਚਰਨ ਧੂੜ ਮੱਥੇ 'ਤੇ ਲਾ ਲਈ ਜੇ ਮਿਲ ਜਾਏ। ਹਜ਼ੂਰ ਦੀ ਬਾਣੀ ਵਿੱਚ ਹੀ ਬਚਨ ਹੈ, ਬਦ ਬਖਤ ਹਮਚੂ ਬਖੀਲ, ਮੇਰੇ ਵਰਗਾ ਨਭਾਗਾ ਕੋਈ ਨਹੀਂ, ਮੇਰੇ ਵਰਗਾ ਚੁਗਲਖੋਰ ਕੋਈ ਨਹੀਂ, ਮੇਰੇ ਵਰਗਾ ਬਦ ਬਖਤ ਬਦ ਨਸੀਬ ਕੋਈ ਨਹੀਂ, ਪਰ ਇੱਕ ਆਸ ਨਾਲ ਜੀ ਰਿਹਾ, ਕਿਰਪਾ ਕਰ ਜਿਹੜੇ ਤੇਰੀ ਇਬਾਦਤ ਕਰਨ ਵਾਲੇ ਨੇ ਆਪਣੇ ਚਾਕਰਾਂ ਦੇ ਪੈਰਾਂ ਦੀ ਮਿੱਟੀ ਬਖਸ਼ ਦੇ। ਚਰਨ ਧੂੜ ਵੀ ਹੁੰਦੇ ਆ ਅਤੇ ਮਲੋਚਾ ਵੀ ਕਰਦੇ ਆ। ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ, ਮੈਂ ਤੇਰੇ ਚਾਕਰਾਂ ਦੇ ਚਰਨਾਂ ਦੀ ਧੂੜ ਖਾਂ। ਮਾਘ ਮੱਜਨ ਸੰਗ ਸਾਧੂਆਂ, ਹੋਏ ਰਹਾਂ ਸਦ ਦੂਰ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਚਰਨ ਧੂੜ ਵਿੱਚ ਇਸ਼ਨਾਨ ਕਿਆ। ਜਨ ਕਹਿ ਚਰਨ ਵਸੈ ਮੇਰਾ ਹੀਅਰ ਹੈ, ਪਰਮਾਤਮਾ ਤੇਰੇ ਸੇਵਕ ਦੇ ਪੈਰ ਮੇਰੇ ਹਿਰਦੇ ਵਿੱਚ ਵਸ ਜਾਣ। ਸੰਗ ਪੁਨੀਤਾ ਦੇਖੀ ਜਨ ਕੀ ਧੂਰ, ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਧਣੀ ਵਿਖਾਉਣਾ ਪਾਠ ਪਟੰਬਰ, ਭਾਹੇ ਸੇਤੀ ਜਾਲੇ, ਤੇਰੇ ਨਾਮ ਤੋਂ ਬਿਨਾਂ ਰੇਸ਼ਮੀ ਕੱਪੜੇ ਅੱਗ ਦੀਆਂ ਲਪਟਾਂ ਨੇ। ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ, ਤੂੰ ਪਰਮਾਤਮਾ ਮੇਰੇ ਨਾਲ ਕਹਿ, ਮੈਨੂੰ ਧੂੜੀ ਵੀ ਤੇਰੀ ਸ਼ੋਭਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਪਰਮਾਤਮਾ ਸਭ ਤੋਂ ਪਹਿਲੀ ਕਿਰਪਾ ਕਰ, ਮੈਨੂੰ ਅੰਦਰ ਦੀ ਨਿਮਰਤਾ ਦੇ ਦੇ, ਮੈਂ ਤੇਰੇ ਚਰਨਾਂ ਦੀ ਧੂੜ ਬਣ ਜਾ। ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ, ਸਦੀਵ ਕਾਲ ਲਈ ਮੈਨੂੰ ਆਪਣੀ ਧੂੜ ਬਣਾ ਦੇ। ਅਤੇ ਜਿੰਨਾ ਗੁਰਮੁਖੋ ਕੋਈ ਨਿਮਰਤਾ 'ਚ ਜਾਏਗਾ, ਨਾਮ ਵਿੱਚ ਨਿਕਲੀ ਹੋਈ ਨਿਮਰਤਾ, ਫਿਰ ਮੈਂ ਰਿਪੀਟ ਕਰਦਿਆਂ, ਦਿਖਾਵੇ ਦੀ ਨਹੀਂ, ਸੱਚ ਏਵੇ ਓਨੀ ਰੱਬ ਦੀ ਬਖਸ਼ਿਸ਼ ਉਹਦੇ 'ਤੇ ਵਰਤੇਗੀ। ਮਹਾਰਾਜ ਨੇ ਇਹੀ ਸ਼ਬਦ ਜਨਮ ਸਾਖੀ ਚਾਹੁੰਦਾ। ਹਜ਼ੂਰ ਨੇ ਕਿਹਾ, ਬ੍ਰਹਮ ਪੁੱਛਦਾ ਸ਼ੇਖ ਬ੍ਰਹਮ ਕਿ ਦਰਵੇਸ਼ ਦੀ ਉੱਚੀ ਪਦਵੀ ਕੀ ਹੈ? ਸਤਿਗੁਰੂ ਬਚਨ ਕਰਦੇ ਆ ਕਿ ਜਿੰਨਾ ਫੁਹਾਰੇ ਦਾ ਪਾਣੀ ਨੀਵਾਂ ਜਾਂਦਾ ਹੈ ਓਨਾ ਉੱਚਾ ਉੱਠਦਾ ਹੈ, ਜਿੰਨਾ ਕੋਈ ਬੰਦਾ ਨਿਮਰਤਾ ਵਿੱਚ ਜ਼ਿੰਦਗੀ ਜਿਉਂਦਾ ਓਨੀ ਸੁਰਤ ਕਰਕੇ ਉੱਚਾ ਉੱਠਦਾ ਹੈ।